ਤੁਹਾਨੂੰ ਪੁੱਛਣਾ ਜੀ, ਆਪਣਾ ਬੇਟਾ ਕਿੱਥੇ ਗਿਆ, ਕਿੱਥੇ ਗਿਆ ਆਪਣਾ ਬੇਟਾ? ਦੱਸੋ ਦੱਸੋ, ਹੁਕਮ ਲਾਓ। ਮੈਂ ਹੁਕਮ ਤਾਂ ਲਾ ਦਿੰਦਾ ਸਰ ਜੀ, ਮੈਂ ਤੁਹਾਨੂੰ ਪੁੱਛਣ ਲੱਗਾ ਆਪਣਾ ਬੇਟਾ ਕਿੱਥੇ ਗਿਆ ਜੀ। ਆਪਣਾ ਬੇਟਾ ਕੰਮ ਗਿਆ ਜੀ, ਦੱਸੋ। ਹਾਂਜੀ, ਕੰਮ ਗਿਆ? ਕੰਮ ਗਿਆ ਕਿੱਥੇ? ਮੈਂ ਤੁਹਾਨੂੰ ਤਾਂ ਹੀ ਪੁੱਛਣਾ ਮੇਰੇ ਵੀਰ, ਕੰਮ ਕਿੱਥੇ ਗਿਆ? ਤੁਹਾਨੂੰ ਪਤਾ ਹੋਣਾ ਚਾਹੀਦਾ ਕਿੱਥੇ ਗਿਆ। ਦੱਸੋ ਕੰਮ ਤਾਂ ਦੱਸੋ ਤੁਸੀਂ, ਕਿੱਥੇ ਕੰਮ ਗਿਆ? ਮੈਨੂੰ ਪਤਾ ਨੀ ਪੂਰਾ ਕਿੱਥੇ ਕੰਮ ਗਿਆ। ਮੈਂ ਤੁਹਾਨੂੰ ਉਹਦਾ ਨਾਮ ਦੱਸੋ ਕੀ ਹੈਗਾ ਬੇਟੇ ਦਾ ਆਪਣੇ ਦਾ, ਮੈਨੂੰ ਗੱਲ ਦੱਸੋ ਨਾ, ਪੂਰੀ ਗੱਲ ਕੀ ਹੈ? ਮੈਂ ਤੁਹਾਨੂੰ ਪੂਰੀ ਗੱਲ ਦੱਸੂਗਾ ਮੇਰੇ ਵੀਰ ਜੀ, ਮੈਂ ਤੁਹਾਨੂੰ, ਮੈਨੂੰ ਨੰਬਰ ਦਿੱਤਾ ਗਿਆ, ਮੈਂ ਤੁਹਾਨੂੰ ਕਾਲ ਕੀਤੀ ਨਾ, ਮੈਂ ਤੁਹਾਨੂੰ ਪੂਰੀ ਜਾਣਕਾਰੀ ਦਊਂਗਾ। ਮੈਂ ਤੁਹਾਨੂੰ ਤਾਂ ਹੀ ਪੁੱਛ ਰਿਹਾ, ਉਹਦਾ ਨਾਮ ਦੱਸੋ ਇੱਕ ਦਫਾ ਵੀ ਆਪਣੇ ਪੁੱਤ ਦਾ। ਨਾਮ ਮੈਂ ਦੱਸ ਦੂੰਗਾ, ਮੈਨੂੰ ਗੱਲ ਸਮਝਾ ਤਾਂ ਦਿਓ ਨਾ ਵੀ ਕੀ ਗੱਲ ਹੈ। ਤੁਸੀਂ ਥਾਣੇ ਤੋਂ ਬੋਲ ਰਹੇ ਹੋ, ਮੰਨ ਗਿਆ, ਮੈਂ ਦੇਖ ਲਿਆ, ਪਛਾਣ ਲਿਆ, ਪਰ ਕੋਈ ਕਾਰਨ ਤਾਂ ਹੋਊਗਾ ਨਾ, ਤੁਸੀਂ ਫੋਨ ਮੈਨੂੰ ਕਰ। ਮੇਰੀ ਗੱਲ ਸੁਣੋ ਜੀ, ਹੁਣ ਤੁਸੀਂ ਆਪ ਸਮਝਦਾਰ ਹੈਗੇ ਹੋ, ਪੜ੍ਹੇ ਲਿਖੇ ਇਨਸਾਨ ਲੱਗਦੇ ਹੋ, ਤੁਹਾਨੂੰ ਨਹੀਂ ਪਤਾ ਕਿਸੇ ਨੰਬਰ ਆਪਣੇ ਸਾਡੇ ਕੋਲ ਨੰਬਰ ਹੋ ਨਹੀਂ ਸਕਦਾ। ਸਾਨੂੰ ਨੰਬਰ ਮਿਲਿਆ, ਤੁਹਾਨੂੰ ਕਾਲ ਕੀਤੀ, ਮੈਂ ਤੁਹਾਨੂੰ ਤਾਂ ਹੀ ਪੁੱਛ ਰਿਹਾ, ਉਹਦਾ ਨਾਮ ਦੱਸੋ ਇੱਕ ਦਫਾ ਤੁਸੀਂ। ਸੰਨੀ ਹੈ, ਬੋਲੋ। ਹਾਂਜੀ ਸੰਨੀ। ਹਾਂਜੀ ਸੰਨੀ, ਸੰਨੀ ਸੰਨੀ ਰੇਪ ਕਰਤਾ ਉਹਨਾਂ ਨੇ ਵੀਰੇ, ਮੇਰਿਆ ਕੁੜੀ ਦੇ ਨਾਲ ਜਨਾਹ ਦਾ ਕੇਸ ਬਰੀਚੇ ਨੇ ਪਾਈਆ। ਕਿਹੜੇ ਥਾਣੇ ਤੋਂ? ਚੰਡੀਗੜ੍ਹ ਸਦਰ ਥਾਣੇ ਤੇ ਗ੍ਰਿਫਤਾਰ ਕੀਤੇ ਆ। ਹਾਂਜੀ ਹਾਂਜੀ। ਤੇ ਫਿਰ ਹੁਣ ਦੱਸੋ, ਹੁਣ ਹੁਕਮ ਲਾਓ, ਕੀ ਸੇਵਾ ਹੈ? ਹੁਕਮ ਤੁਸੀਂ ਦੱਸੋ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਜੀ, ਹੁਣ ਤੁਸੀਂ ਦੱਸਣਾ, ਤੁਸੀਂ ਦੱਸੋ ਹੁਣ ਕੀ ਕਰਨਾ ਆਪਣੇ ਬੇਟੇ ਦਾ? ਨਹੀਂ, ਮੇਰੇ ਬੇਟੇ ਦਾ ਦੱਸੋ, ਮੇਰੇ ਬੇਟੇ ਦਾ ਤਾਂ ਹੈ ਹੀ ਨਹੀਂ ਬੇਟਾ, ਮੇਰਾ ਦਾਦਾ ਹੈ ਹੀ ਨਹੀਂ। ਤੁਹਾਡਾ ਬੇਟਾ, ਤੁਹਾਡਾ ਬੇਟਾ ਇੰਜ ਨਹੀਂ, ਤੁਹਾਡਾ ਬੇਟਾ ਸ਼ਰੀਫ ਹੈਗਾ ਸੀ, ਉਹਨੂੰ ਸੈਰ ਤੇ ਪਾਏ ਰੱਖਿਆ। ਅੱਛਾ, ਤਿੰਨ ਮੁੰਡੇ ਸੀ, ਉਹਨਾਂ ਨੂੰ ਪਰਚਾ ਕਰਕੇ ਅੱਗੇ ਉਹਨਾਂ ਨੂੰ ਪਰਚਾ ਕਰਕੇ ਅੱਗੇ ਛੱਡ ਦਿੱਤਾ ਅੰਦਰ ਥਾਣੇ 'ਚ। ਅੱਛਾ, ਬਾਕੀਆਂ ਨੂੰ ਸਿੱਟਤਾ, ਇੱਕ ਨੂੰ ਛੱਡਤਾ? ਛੱਡਿਆ ਨਹੀਂ, ਉਹਨੂੰ ਸੈਰ ਤੇ ਪਾਏ ਰੱਖਿਆ ਜੀ ਤੁਹਾਡੇ ਬੇਟੇ ਸਣੀ। ਫਿਰ ਦੱਸੋ ਉਹਨੂੰ ਛੱਡਣ ਦਾ ਕੀ ਕਰਨਾ, ਹੁਣ ਹੁਕਮ ਲਾਓ। ਹੁਣ ਤੁਸੀਂ ਆਪ ਸਮਝਦਾਰ ਹੋ, ਤੁਸੀਂ ਦੱਸੋ ਹੁਣ ਕੀ ਕਰਨਾ ਹੈ? ਮੈਂ ਤਾਂ ਸਮਝਦਾਰ ਹੁਣ, ਮੈਨੂੰ ਤੁਸੀਂ ਦੱਸੋਗੇ, ਮੈਂ ਤਾਂ ਹੀ ਕੋਈ ਹੱਲ ਕੱਢੂੰਗਾ ਹੁਣ। ਅੱਛਾ, ਮੈਂ ਲਾਣਾ ਪੈਣਾ, ਤੁਹਾਨੂੰ ਵੀ ਪਤਾ ਹੈਗਾ ਫਿਰ ਕਿੰਨੇ ਨਾਲ ਚੱਲ ਜੂ ਕੰਮ। ਤੁਹਾਨੂੰ ਪਤਾ, ਬੋਲੋ ਬੋਲੋ, ਕਿੰਨੇ ਨਾਲ ਚੱਲ ਜੂਗਾ? ਹੁਣ ਹੱਲ ਤਾਂ ਕੱਢਣਾ ਹੀ ਪੈਣਾ ਨਾ, ਹੁਣ ਤੁਸੀਂ ਦੱਸੋ ਜੇ ਫੋਨ ਕੀਤਾ ਤੇ ਕੀ 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 ਹੁਕਮ ਹੈ ਹੁਣ ਦੱਸੋ। ਹੁਣ ਤੁਹਾਨੂੰ ਦੱਸਦਾ, ਮੈਂ 30,000 ਭੇਜ ਦਿਓ। ਕਿੱਥੇ ਭੇਜਾਂ ਬੋਲੋ? ਤੁਹਾਨੂੰ ਮੈਂ ਨੰਬਰ ਭੇਜ ਦਿੰਦਾ ਜੀ, ਆਪਾਂ ਪੇਟੀਐਮ ਕਰ ਦਿਓ, ਗੂਗਲ ਪੇ ਕਰੋਗੇ, ਮੈਨੂੰ ਦੱਸੋ ਤੁਸੀਂ। ਭੇਜ ਦਿਓ, ਪੇਟੀਐਮ ਕਰ ਦਿਓ। ਹਾਂਜੀ, ਤੁਸੀਂ ਭੇਜੋਗੇ 20,000 ਕਿ ਮੈਂ ਭੇਜਾਂ? ਤੁਹਾਡਾ ਬੇਟਾ ਫੜਿਆ, ਮੈਂ ਕਿੱਥੋਂ ਤੁਹਾਨੂੰ ਭੇਜਣਾ? ਭੇਜਣੇ ਤੁਸੀਂ ਨੇ ਭੇਜੇ, ਮੈਂ ਭੇਜਣੇ ਤੁਹਾਨੂੰ? ਠੱਗੀ ਤੁਸੀਂ ਕਰੋਗੇ ਤੇ ਅਸੀਂ ਕਿੱਦਾਂ ਭੇਜਾਂਗੇ? ਠੱਗੀ ਤੁਸੀਂ ਕਰਦੇ ਹੋ, ਪੁਲਿਸ ਦੀ ਫੋਟੋ ਲਾ ਕੇ ਠੱਗੀਆਂ ਕਰਦੇ ਹੋ, ਬਸ ਕਰੋ ਹੁਣ।